ਖੇਤੀ ਕਾਨੂੰਨ ਵਾਪਸੀ ਤੋਂ ਬਾਅਦ ਬੜੇ ਮਾਹੌਲ ਨੂੰ ਹੁਣ ਆਰਐਸਐਸ ਸਿੱਖ ਧਰਮ ਚ ਕੁਸਪੈਟ ਵੱਜੂ ਵਰਤਨ ਲੱਗੀ ਹੈ ਹਿੰਦੂ ਸਿੱਖ ਇਕਤਾ ਦੇ ਨਾਮ ਹੇਠ ਆਪਣਾ ਮੂਲ ਏਜੰਡਾ ਥੋਪਿਆ ਜਾਣ ਲੱਗਾ ਸੋ ਸਿੱਖ ਕੌਮ ਸਿੱਖ ਸੰਸਥਾਵਾਂ ਨੂੰ ਚੁੱਕਣ ਨੇ ਹੋਣ ਦੀ ਲੋੜ ਹੈ ਤੇ ਇਹਨਾਂ ਦੀਆਂ ਗਤੀਵਿਧੀਆਂ ਤੇ ਸਖਤ ਪੈਰਾ ਸਮੇਂ ਦੀ ਲੋੜ ਹੈ ਕਿਉਂਕਿ ਅਕਾਲੀਆਂ ਨਾਲ ਮੁਰ ਸੰਝ ਪਿਆਲੀ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ ਛੋਟਾ ਭਰਾ 10 ਮੁਰ ਨਾਲ ਆਉਣ ਦੇ ਸੱਦੇ ਦਿੱਤੇ ਜਾਣ ਲੱਗੇ ਨੇ ਇਸੇ ਰਣਨੀਤੀ ਤਹਿਤ ਆਰਐਸਐਸ ਨੇ ਆਪਣੀ ਰਾਸ਼ਟਰੀ ਸਿੱਖ ਸੰਗਤ ਦੀਆਂ ਗਤੀਵਿਧੀਆਂ ਤੇਜ਼ ਕਰਨ ਦੀ ਯੋਜਨਾ ਵੀ ਬਣਾਈ ਹੈ ਜਿਸ ਦਾ ਮੂਲ ਮਕਸਦ ਸਿੱਖ ਧਰਮ 'ਚ ਸਨ ਲਗਾਉਣਾ ਹੈ ਰਾਸ਼ਟਰੀ ਸਵੈਮ ਸੇਵਕ ਸੰਗ ਸੱਤਾਧਾਰੀ ਭਾਜਪਾ ਦੀ ਮੂਲ ਸੰਸਥਾ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਇਹ ਪ੍ਰਚਾਰ ਕਰ ਰਹੀ ਹੈ ਕਿ ਤਿੰਨੋਂ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਚੋਟੀ ਦੀਆਂ ਸਿੱਖ ਸੰਸਥਾਵਾਂ ਨਾਲ ਤਾਲਮੇਲ ਬਣਾਉਣ ਦੀਆਂ ਵਿਉਂਤਾਂ ਕੱਢ ਰਹੀ ਹੈ ਸਿੱਖਾਂ ਦੀ ਸਰਵੋੱਚ ਅਸਥਾਈ ਸੰਸਥਾ ਅਕਾਲ ਤਖਤ ਨੇ ਸੰਗ ਪਰਿਵਾਰ ਦੇ ਸਮਾਗਮਾਂ 'ਚ ਸ਼ਾਮਲ ਹੋਣ ਤੋਂ ਕਮ ਨੂੰ ਸਾਵਧਾਨ ਕੀਤਾ ਸੀ ਉਦੋਂ ਤੋਂ ਹੀ ਅਕਾਲ ਤਖਤ ਨੇ ਵਿਸ਼ੇਸ਼ ਤੌਰ ਤੇ ਆਰਐਸਐਸ ਆਗੂਆਂ ਦੇ ਬਿਆਨਾਂ ਦੀ ਨਖੇਦੀ ਕੀਤੀ ਸੀ ਜਿਨ੍ਹਾਂ ਨੇ ਦੇਸ਼ ਦੇ ਹਰੇਕ ਵਿਅਕਤੀ ਨੂੰ ਸਭੇਤਾਵਾਦੀ ਹਿੰਦੂ ਹੋਣ ਦਾ ਸੰਕੇਤ ਦਿੱਤਾ ਸੀ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਜੀਐਸ ਗਿੱਲ ਦਾ ਕਹਿਣਾ ਹੈ ਕਿ ਦੋਹਾਂ ਪਾਸਿਆਂ ਤੋਂ ਗਲਤੀਆਂ ਹੋਈਆਂ ਪਰ ਬਦਕਿਸਮਤੀ ਨਾਲ ਕਾਨੂੰਨਾ ਅਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਹਿੰਦੂਆਂ ਅਤੇ ਸਿੱਖਾਂ ਦਰਮਿਆਨ ਦੂਰੀ ਵੱਧ ਗਈ ਹੈ। ਇਹ ਚੰਗੀ ਗੱਲ ਹੈ ਕਿ ਹੁਣ ਬੇਲੋੜੇ ਟਕਰਾਅ ਨੂੰ ਦੂਰ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸੰਗਤ ਹੁਣ ਸਿੱਖ ਪਾਈਚਾਰੇ ਤੱਕ ਪਹੁੰਚ ਕਰਕੇ ਅਤੇ ਸਾਰੇ ਮਤਭੇਦਾਂ ਨੂੰ ਦੂਰ ਕਰਕੇ ਸਮਾਜਿਕ ਸਦਭਾਵਨਾ ਲਈ ਕੰਮ ਕਰੇਗੀ। ਪਰ ਇਸ ਸਮਾਜਿਕ ਸਦਭਾਵਨਾ ਪਿਛਲੇ ਲੁਕਵੇਂ এজেন্ডੇ ਦੀ ਪਛਾਣ ਕਰਨ ਦੀ ਲੋੜ ਹੈ। ਅਸਲ 'ਚ ਆਰਐਸਐਸ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਦਲਿਤਾਂ ਦੇ ਕਥੀ ਤੌਰ ਤੇ ਈਸਾਈ ਬਨਣ 1984 ਦੇ ਦੰਗਾ ਪੀੜਤਾਂ ਲਈ ਇਨਸਾਫ ਭਾਰਤੀ ਦੂਤਵਸਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਕਰਤਾਰਪੁਰ ਲਾਂਘੇ ਨੂੰ ਮੁੜ ਖੋਲਣ ਲਈ ਸਰਕਾਰ ਨਾਲ ਲੋਬਿੰਗ ਕਰਨ ਦੇ ਮੁੱਦੇ ਉਠਾ ਕੇ ਪੰਜਾਬ 'ਚ ਕੰਮ ਕਰ ਰਹੀ ਹੈ ਇੱਕ ਸੀਨੀਅਰ ਸਿਆਸੀ ਆਗੂ ਨੇ ਕਿਹਾ ਸਿੱਖ ਸੰਗਤ ਦਾ ਗਠਨ ਉਸ ਸਮੇਂ ਦੌਰਾਨ ਹੋਇਆ ਸੀ ਜਦੋਂ ਵਖਵਾਦੀ ਭਾਵਨਾਵਾਂ ਉੱਚੀਆਂ ਸਨ ਪਰ ਹੁਣ ਇਸ ਨੂੰ ਸਮਕਾਲੀ ਸਮਾਜਿਕ ਅਤੇ ਰਾਜਨੀਤਿਕ ਲੋੜਾਂ ਅਨੁਸਾਰ ਪੁਨਰਗਠਨ ਕਰਨਾ ਪਵੇਗਾ ਆਰਐਸ ਇੱਕ ਹੋਰ ਆਗੂ ਰਾਜੀਵ ਤੁਲੀ ਨੇ ਕਿਹਾ ਕਿ 70ਵਿਆਂ ਦੇ ਆਖਰ 'ਚ ਪੰਜਾਬ 'ਚ ਅਕਾਲੀ ਰਾਜਨੀਤੀ ਦੇ ਆਗਮਨ ਨੇ ਹਿੰਦੂਆਂ ਅਤੇ ਸਿੱਖਾਂ ਵਿੱਚ મતਭੇਦ ਪੈਦਾ ਕਰ ਦਿੱਤੇ ਸੀ ਅਤੇ ਆਰਐਸਐਸ ਨੇ ਇਤਿਹਾਸਿਕ ਏਕਤਾ ਅਤੇ ਭਾਵਨਾਤਮਕ ਬੰਧਨ ਦਾ ਪ੍ਰਦਰਸ਼ਨ ਕਰਕੇ ਦੂਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਆਰਐਸਐਸ ਦੇ ਸਾਬਕਾ ਮੁਖੀ ਸੁਦਰਸ਼ਨ ਦੀ ਮੌਜੂਦਗੀ 'ਚ ਭਰੋਸਾ ਦਿਵਾਇਆ ਗਿਆ ਕਿ ਹਿੰਦੂਆਂ ਅਤੇ ਸਿੱਖਾਂ ਦੀ ਭਲਾਈ ਹੀ ਰਾਜ ਦੇ ਵਿਕਾਸ ਦਾ ਇੱਕੋ ਇੱਕ ਰਸਤਾ ਹੈ ਅੱਜ ਵੀ ਅਤੀਤ ਦੀ ਤਰ੍ਹਾਂ ਬਹੁਤ ਸਾਰੇ ਹਿੰਦੂ ਪਰਿਵਾਰਾਂ ਵਿੱਚ ਇੱਕ ਬੱਚਾ ਸਿੱਖ ਬਣ ਜਾਂਦਾ ਹੈ ਬਹੁਤ ਸਾਰੇ ਸਹਿਜਦਾਰੀ ਅਕਸਰ ਗੁਰਦਵਾਰਿਆਂ ਵਿੱਚ ਵੀ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਆਰਐਸਐਸ ਨਾ ਸਿਰਫ ਸਿੱਖ ਗੁਰੂਆਂ ਦੇ ਜਨਮ ਦਿਨ ਮਨਾਉਂਦੀ ਹੈ ਸਗੋਂ ਆਪਣੇ ਬੱਚਿਆਂ ਨੂੰ ਉਹਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਬਾਰੇ ਵੀ ਪੜਾਉਂਦੀ ਹੈ 1920 ਵਿੱਚ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਿਆਦਾ ਨੂੰ ਅਪਣਾਇਆ ਜੋ ਸਪਸ਼ਟ ਤੌਰ ਤੇ ਦੱਸਦਾ ਹੈ ਕਿ ਸਿੱਖ ਧਰਮ ਇੱਕ ਸੁਤੰਤਰ ਧਰਮ ਹੈ ਬਹੁਤ ਸਾਰੇ ਸਿੱਖ ਆਰਐਸਐਸ ਦੀ ਆਲੋਚਨਾ ਕਰਦੇ ਨੇ ਜੋ ਉਹਨਾਂ ਨੂੰ ਇੱਕ ਧਰਮ ਦਾ ਹਿੱਸਾ ਮੰਨਣ ਦੀ ਕੋਸ਼ਿਸ਼ ਕਰ ਰਿਹਾ ਹੈ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਨਵਤਾ ਅਤੇ ਧਾਰਮਿਕ ਅਧਿਐਨ ਦੇ ਪ੍ਰੋਫੈਸਰ ਸਰਬਜਿੰਦਰ ਸਿੰਘ ਨੇ ਕਿਹਾ ਕਿ ਹਿੰਦੂ ਸਿੱਖ ਸੰਘਰਸ਼ ਨੂੰ ਆਰੀਆ ਸਮਾਜ ਦੇ ਦਿਨਾਂ ਤੋਂ ਵੀ ਵੇਖਿਆ ਜਾ ਸਕਦਾ ਹੈ ਇਹ ਸਮਝਣਾ ਮਹੱਤਵਪੂਰਨ ਹੈ ਕਿ ਕਟੋਂ-ਕਟ ਖੇਤੀ ਕਾਨੂੰਨ ਦੇ ਮਾਮਲੇ 'ਚ ਇੱਕ ਬਿਰਤਾਂਤ ਸੀ ਜਿਸ ਨੂੰ ਇੱਥੇ ਭਾਜਪਾ ਆਗੂਆਂ ਨੇ ਪੜਕਾਇਆ ਸੀ ਕਿ ਇਹ ਪੂਰੀ ਤਰ੍ਹਾਂ ਸਿੱਖ ਵਿਰੋਧ ਵਿੱਚ ਹੈ ਇਹ ਸੱਚ ਨਹੀਂ ਸੀ ਕਿਉਂਕਿ ਪਿੰਡੂ ਪੰਜਾਬ ਵਿੱਚ ਹਿੰਦੂ ਕਾਨੂੰਨਾਂ ਦੇ ਬਹੁਤ ਵਿਰੁੱਧ ਸਨ ਕਿਸੇ ਨੂੰ ਵੀ ਖਾਲਿਸਤਾਨ ਵਰਗੇ ਸ਼ਬਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਸਭ ਤੋਂ ਵੱਧ ਪ੍ਰਤੀਬੱਧ ਸਿੱਖਾਂ ਨੇ ਹੀ ਇਸ ਵਿਚਾਰ ਨੂੰ ਬਹੁਤ ਪਹਿਲਾਂ ਰੱਦ ਕਰ ਦਿੱਤਾ ਸੀ ਸਿੱਖ ਅਤੇ ਹਿੰਦੂ ਦੋਵਾਂ ਨੇਤਾਵਾਂ ਨੂੰ ਇੰਟਰਨੈਟ ਤੇ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਆਰਐਸਐਸ ਆਗੂਆਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵਾਪਸੀ ਦੇ ਐਲਾਨ ਦਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਘਟੂ ਘਟ ਹੁਣ ਪੰਜਾਬ ਵਿੱਚ ਪ੍ਰਚਾਰ ਕਰਨ ਦੀ ਇਜਾਜ਼ਤ ਤੀ ਜਾਵੇਗੀ ਅਤੇ ਦੁਸ਼ਮਣੀ ਘਟ ਜਾਵੇਗੀ ਆਰਐਸਐਸ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਸੰਗ ਪਰਿਵਾਰ ਜੰਮੂ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਉਹ ਪੰਜਾਬ ਵਿੱਚ ਕੋਈ ਵੀ ਹੋਰ ਟਕਰਾਅ ਨਹੀਂ ਚਾਹੁੰਦਾ ਜੋ ਕਿ ਇੱਕ ਸਰਹੱਦੀ ਰਾਜ ਵੀ ਹੈ ਫੌਜ ਵਿੱਚ ਵੀ ਬਹੁਤ ਸਾਰੇ ਸਿੱਖ ਨੇ ਅਤੇ ਬੇਲੋੜਾ ਟਕਰਾਅ ਸਾਨੂੰ ਸਾਰਿਆਂ ਨੂੰ ਨੁਕਸਾਨ ਪਹੁੰਚਾਏਗਾ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ